ਪਿਛਲੇ 2-3 ਦਿਨਾਂ ਤੋਂ ਇੱਕ ਸਵਾਲ ਉੱਠ ਰਿਹਾ ਕਿ ਮੈਂ ਦਸਤਾਰ ਸਜਾ ਸਕਦਾ ਐ ਨਹੀਂ ਸਜਾ ਸਕਦਾ ਇਸ ਚੀਜ਼ ਚੀਜ਼ ਦਾ ਜਵਾਬ ਲੈਣ ਦੇ ਲਈ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕ ਅਰਜੀ ਦਵਾਵਾਂਗਾ ਜਿੱਥੇ ਤੇ ਮੈਂ ਗਲਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਜਿੱਥੇ ਮੇਰੇ ਤੇ ਮੇਰੇ ਪਰਿਵਾਰ ਨਾਲ ਗਲਤ ਹੋ ਰਿਹਾ ਤੇ ਉਸ ਚੀਜ਼ ਦੀ ਸੁਣਵਾਈ ਕੀਤੀ ਜਾਵੇ ਔਰ ਮੈਨੂੰ ਪੂਰਾ ਯਕੀਨ ਹੈ ਪੂਰਾ ਵਿਸ਼ਵਾਸ ਹੈ ਸਾਨੂੰ ਇਨਸਾਫ ਦਵਾਇਆ ਜਾਏਗਾ ਔਰ ਸਾਡੇ ਸਿੱਖਾਂ ਦੀ ਸਰਵੋੱਚ ਸੰਸਥਾ ਹੀ ਹੈ ਜੋ ਸਹੀ ਔਰ ਗਲਤ ਦੀ ਸਹੀ ਚੋਣ ਕਰ ਸਕਦੀ ਹੈ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਮੈਂ ਇੱਕ ਹੋਰ ਬ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ ਔਰ ਪ੍ਰਸ਼ਾਸਨ ਨੂੰ ਮੈਂ ਇਹ ਅਪੀਲ ਕਰਦਾ ਕਿ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਬਾਰ ਬਾਰ ਸਾਡੇ ਰੈਸਟੋਰੈਂਟ ਦੇ ਉੱਤੇ ਇਦਾਂ ਦਾ ਮਾਹੌਲ ਨਾ ਕ੍ਰੀਏਟ ਹੋਵੇ ਤੇ ਸਾਨੂੰ ਬਾਰ ਬਾਰ ਇਸ ਚੀਜ਼ ਦੀ ਹਰਾਸਮੈਂਟ ਨਾ ਫੇਸ ਕਰਨੀ ਪਵੇ ਪਿਛਲੇ 2-3 ਦਿਨਾਂ ਤੋਂ ਇੱਕ ਸਵਾਲ ਉੱਠ ਰਿਹਾ ਕਿ ਮੈਂ ਦਸਤਾਰ ਸਜਾ ਸਕਦਾ ਐ ਨਹੀਂ ਸਜਾ ਸਕਦਾ ਇਸ ਚੀਜ਼ ਦਾ ਜਵਾਬ ਲੈਣ ਦੇ ਲਈ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ਼੍ਰੀ ਅਕਾਲ ਤਖਤ ਸੈੱਟ ਤੇ ਜਾ ਕੇ ਇੱਕ ਅਰਜੀ ਦਵਾਵਾਂਗਾ ਜਿੱਥੇ ਤੇ ਮੈਂ ਗਲਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਜਿੱਥੇ ਮੇਰੇ ਤੇ ਮੇਰੇ ਪਰਿਵਾਰ ਮੈਨੂੰ ਪੂਰਾ ਵਿਸ਼ਵਾਸ ਹੈ ਸਾਨੂੰ ਇਨਸਾਫ ਦਵਾਇਆ ਜਾਏਗਾ ਉਹ ਸਾਡੇ ਸਿੱਖਾਂ ਦੀ ਸਰਵੋੱਚ ਸੰਸਥਾ ਹੀ ਹੈ ਜੋ ਸਹੀ ਔਰ ਗਲਤ ਦੀ ਸਹੀ ਚੋਣ ਕਰ ਸਕਦੀ ਹੈ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਇੱਥੇ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ ਔਰ ਪ੍ਰਸ਼ਾਸਨ ਨੂੰ ਮੈਂ ਇਹ ਅਪੀਲ ਕਰਦਾ ਕਿ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਬਾਰ-ਬਾਰ ਸਾਡੇ ਰੈਸਟੋਰੈਂਟ ਦੇ ਉੱਤੇ ਇਦਾਂ ਦਾ ਮਾਹੌਲ ਨਾ ਕ੍ਰੀਏਟ ਹੋਵੇ ਤੇ ਸਾਨੂੰ ਬਾਰ-ਬਾਰ ਇਸ ਚੀਜ਼ ਦੀ ਹਰਾਸਮੈਂਟ ਨਾ ਫੇਸ ਕਰਨੀ ਪਵੇ ਪਿਛਲੇ 2-3 ਦਿਨਾਂ ਤੋਂ ਇੱਕ ਸਵਾਲ ਉ ਦੇ ਲਈ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕ ਅਰਜੀ ਦਵਾਵਾਂਗਾ ਜਿੱਥੇ ਤੇ ਮੈਂ ਗਲਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਜਿੱਥੇ ਮੇਰੇ ਤੇ ਮੇਰੇ ਪਰਿਵਾਰ ਨਾਲ ਗਲਤ ਹੋ ਰਿਹਾ ਤੇ ਉਸ ਚੀਜ਼ ਦੀ ਸੁਣਵਾਈ ਕੀਤੀ ਜਾਵੇ ਔਰ ਮੈਨੂੰ ਪੂਰਾ ਯਕੀਨ ਹੈ ਪੂਰਾ ਵਿਸ਼ਵਾਸ ਹੈ ਸਾਨੂੰ ਇਨਸਾਫ ਦਵਾਇਆ ਜਾਏਗਾ ਔਰ ਸਾਡੇ ਸਿੱਖਾਂ ਦੀ ਸਰਵੋੱਚ ਸੰਸਥਾ ਹੀ ਹੈ ਜੋ ਸਹੀ ਔਰ ਗਲਤ ਦੀ ਸਹੀ ਚੋਣ ਕਰ ਸਕਦੀ ਹੈ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਇੱਥੇ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ ਔਰ ਪ੍ਰਸ਼ਾਸਨ ਨੂੰ ਮੈਂ ਇਹ ਅਪੀਲ ਕਰਦਾ ਕਿ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਬਾਰ-ਬਾਰ ਸਾਡੇ ਰੈਸਟੋਰੈਂਟ ਦੇ ਉੱਤੇ ਇਦਾਂ ਦਾ ਮਾਹੌਲ ਨਾ ਕ੍ਰੀਏਟ ਹੋਵੇ ਤੇ ਸਾਨੂੰ ਬਾਰ-ਬਾਰ ਇਸ ਚੀਜ਼ ਦੀ ਹਰਾਸਮੈਂਟ ਨਾ ਫੇਸ ਕਰਨੀ ਪਵੇ ਪਿਛਲੇ 2 ਇਸ ਚੀਜ਼ ਦਾ ਜਵਾਬ ਲੈਣ ਦੇ ਲਈ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕ ਅਰਜੀ ਦਵਾਵਾਂਗਾ ਜਿੱਥੇ ਤੇ ਮੈਂ ਗਲਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਜਿੱਥੇ ਮੇਰੇ ਤੇ ਮੇਰੇ ਪਰਿਵਾਰ ਨਾਲ ਗਲਤ ਹੋ ਰਿਹਾ ਤੇ ਉਸ ਚੀਜ਼ ਦੀ ਸੁਣਵਾਈ ਕੀਤੀ ਜਾਵੇ ਔਰ ਮੈਨੂੰ ਪੂਰਾ ਯਕੀਨ ਹੈ ਪੂਰਾ ਵਿਸ਼ਵਾਸ ਹੈ ਸਾਨੂੰ ਇਨਸਾਫ ਦਵਾਇਆ ਜਾਏਗਾ ਔਰ ਸਾਡੇ ਸਿੱਖਾਂ ਦੀ ਸਰਵੋੱਚ ਸੰਸਥਾ ਹੀ ਹੈ ਜੋ ਸਹੀ ਔਰ ਗਲਤ ਦੀ ਸਹੀ ਚੋਣ ਕਰ ਸਕਦੀ ਹੈ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਇਥੇ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ ਔਰ ਪ੍ਰਸ਼ ਵਾਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਬਾਰ ਬਾਰ ਸਾਡੇ ਰੈਸਟੋਰੈਂਟ ਦੇ ਉੱਤੇ ਇਦਾਂ ਦਾ ਮਾਹੌਲ ਨਾ ਕ੍ਰੀਏਟ ਹੋਵੇ ਤੇ ਸਾਨੂੰ ਬਾਰ ਬਾਰ ਇਸ ਚੀਜ਼ ਦੀ ਹਰਾਸਮੈਂਟ ਨਾ ਫੇਸ ਕਰਨੀ ਪਵੇ ਪਿਛਲੇ 2-3 ਦਿਨਾਂ ਤੋਂ ਇੱਕ ਸਵਾਲ ਉੱਠ ਰਿਹਾ ਕਿ ਮੈਂ ਦਸਤਾਰ ਸਜਾ ਸਕਦਾ ਐ ਨਹੀਂ ਸਜਾ ਸਕਦਾ ਇਸ ਚੀਜ਼ ਦਾ ਜਵਾਬ ਲੈਣ ਦੇ ਲਈ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ਼੍ਰੀ ਅਕਾਲ ਤਖਤ ਸੈੱਟ ਤੇ ਜਾ ਕੇ ਇੱਕ ਅਰਜੀ ਦਵਾਵਾਂਗਾ ਜਿੱਥੇ ਤੇ ਮੈਂ ਗਲਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਜਿੱਥੇ ਮੇਰੇ ਤੇ ਮੇਰੇ ਪਰਿਵਾਰ ਨਾਲ ਗਲਤ ਹੋ ਰਿਹਾ ਤੇ ਉਸ ਚੀਜ਼ ਦੀ ਸੁਣਵਾਈ ਕੀਤੀ ਜਾਵੇ ਔਰ ਮੈਨੂੰ ਪੂਰਾ ਯਕੀਨ ਹੈ ਪੂਰਾ ਵਿਸ਼ਵਾਸ ਹੈ ਸਾਨੂੰ ਇਨਸਾ ਸਹੀ ਔਰ ਗਲਤ ਦੀ ਸਹੀ ਚੋਣ ਕਰ ਸਕਦੀ ਹੈ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਇੱਥੇ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ ਔਰ ਪ੍ਰਸ਼ਾਸਨ ਨੂੰ ਮੈਂ ਇਹ ਅਪੀਲ ਕਰਦਾ ਕਿ ਸਾਡੀ ਤੇ ਸਾਡੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਬਾਰ ਬਾਰ ਸਾਡੇ ਰੈਸਟੋਰੈਂਟ ਦੇ ਉੱਤੇ ਇਦਾਂ ਦਾ ਮਾਹੌਲ ਨਾ ਕ੍ਰੀਏਟ ਹੋਵੇ ਤੇ ਸਾਨੂੰ ਬਾਰ ਬਾਰ ਇਸ ਚੀਜ਼ ਦੀ ਹਰਾਸਮੈਂਟ ਨਾ ਫੇਸ ਕਰਨੀ ਪਵੇ